दी शहादत नू रोलन दी कोशिश की गई, उन्हां दी शहादत नू खत्म करन दी कोशिश की गई। बाबा जरनैल सिंह जी दी शहीदी जिहड़ी हुंदी है वह 6 जून नू हुंदी है, 6 जून 1984 नू। ते उन्हां तों बाद बाबा ठाकर सिंह जी नू इस जथे दा कार्यकारी मुखी मन लिया गया सी। ते बहुत साल बाद उन्हां नू किसी हद तक जथे दा मुखी भी मन लिया गया सी। ते वह अपना शरीर त्यागते ने जी 24 दिसंबर 2004 नू, बाबा ठाकर सिंह जी। बाबा ठाकर सिंह जी तो बाद इस जथे दे मुखी का मसला काफ़ी उभर के साथे सामने आता है, तो बहुत सारे व्यक्तियों का नाम चलता मुखी की चोण वास्ते कि मुखी कौन बनेगा हुण जथे का। भाई मोहकम सिंह का नाम भी चलिया, पर जदों ये गल खुफिया एजेंसियों तक पहुंची भाई मोहकम सिंह की, तो खुफिया एजेंसियां एकदम चौकस हो गई। असी गल बाबा जरनैल सिंह की शहादत से ही कर रहे हैं, तो कई बार भुलेखा पै जाता कि गल थोड़ी लांबे जा रही है। ये गल नहीं, बिल्कुल ये गल्लां सारियां जुड़दियां ने, शहादत नाल जुड़दियां ने। तो भाई मोहकम सिंह के नाम तो खुफिया एजेंसियां काफ़ी चौकस हो गई, भाई मोहकम सिंह नूं मुखी बनन तो रोकण दीआं कोशिशां शुरू हो गई। ये के पी एस गिल का नाम काफ़ी उभर के साथे सामने आया जिहड़ी असी खोज की है, जो कि हजारां सिख नौजवानों का कातल है, पंजाब का सबका पुलिस मुखी। उसने काफ़ी वड्डा रोल अदा किया इस दे विच। हरनाम सिंह धूमा नाल उहदी काफ़ी नेड़ता सी, ते इह नेड़ता 14 अक्तूबर 1992 दे दिन बनी सी, जदों इन्हां दोवां दे दरम्यान चौक मेहता च इक खुफिया मीटिंग होई सी 14 अक्तूबर 1992। ते उह तों बाद के पी एस गिल ने हरनाम सिंह धूमा नूं कैनेडा ते अमरीका का वीज़ा दवाया सी, ते उसने अमरीका च बैठे हरनाम सिंह दे नाल राबता बनाया, पर हरनाम सिंह उदों तक अमरीका की जिहड़ी सिटीजनशिप लै चुका सी। ਉਹ ਸਿਟੀਜ਼ਨਸ਼ਿਪ ਮਿਲਣ ਤੋਂ ਬਾਅਦ ਥੋੜੀਆਂ ਮੁਸ਼ਕਲਾਂ ਵੱਧ ਜਾਂਦੀਆਂ ਨੇ ਫਿਰ, ਤੇ ਹਰਨਾਮ ਸਿੰਘ ਧੂਮੇ ਨੂੰ ਭਾਰਤ ਆਉਣ ਜਾਂ ਰਹਿਣ ਵਾਸਤੇ ਵੀਜ਼ੇ ਦੀ ਲੋੜ ਪੈਣੀ ਸੀ ਫਿਰ। ਤੇ ਜਿਹੜੀ ਖੁਫੀਆ ਏਜੰਸੀ ਨੇ ਫਿਰ ਵਾਅਦਾ ਕੀਤਾ ਹਰਨਾਮ ਧੂਮੇ ਨੂੰ ਇੰਡੀਆ ਲੈ ਕੇ ਆਉਣ ਦਾ, ਪੱਕੇ ਵੀਜ਼ੇ ਦਾ ਵਾਅਦਾ ਕੀਤਾ। ਪਰ ਇਸ ਨਿਸ਼ਾਨੇ ਦੇ ਰਾਹ ਦੇ ਵਿੱਚ, ਇਸ ਕੰਮ ਦੇ ਵਿੱਚ, ਇਸ ਕਾਰਜ ਦੇ ਵਿੱਚ ਇੱਕ ਵੱਡੀ ਰੁਕਾਵਟ ਸੀ, ਜਸਵੀਰ ਸਿੰਘ ਰੋਡੇ ਤੇ ਇੱਕ ਦੋ ਲੋਕ ਹੋਰ ਸਨ ਜਿਹੜੇ ਮੁਖੀ ਬਣਨਾ ਚਾਹੁੰਦੇ ਸਨ 1992 ਸਾਲ ਦੇ। ਤੇ ਜਸਵੀਰ ਸਿੰਘ ਰੋਟੇ ਦਾ ਕੇ ਪੀ ਐਸ ਗਿੱਲ ਨਾਲ ਕੋਈ ਵਧੀਆ ਸੰਬੰਧ ਨਹੀਂ ਸੀ, ਇਸ ਕਰਕੇ ਇੱਥੇ ਸਮੱਸਿਆ ਸ਼ੁਰੂ ਹੋ ਗਈ ਫਿਰ। ਤੇ ਇਹ ਮਸਲਾ ਸੀ ਜਿਹੜਾ, ਇਹ ਕਾਰਜ ਸੀ, ਖੁਫੀਆ ਏਜੰਸੀ ਨੇ ਹੱਲ ਕਰ ਦਿੱਤਾ। ਖੁਫੀਆ ਏਜੰਸੀ ਦਾ ਇੱਕ ਮੁਖੀ ਹੋਇਆ ਐਮ ਕੇ ਧਰ, ਉਹਨੇ ਕਿਤਾਬ ਵੀ ਲਿਖੀ ਹੈ, ਬਹੁਤ ਪੜ੍ਹਨ ਵਾਲੀ ਕਿਤਾਬ ਹੈ, ਉਹਦੇ 'ਚ ਕਾਫ਼ੀ ਕੁਛ ਅਜਿਹਾ ਲਿਖਿਆ ਜਿਹਦੇ ਤੋਂ ਅਸੀਂ ਕੁਛ ਸਿੱਖ ਸਕਦੇ ਹਾਂ। ਠੀਕ ਹੈ, ਸਾਰੀਆਂ ਗੱਲਾਂ ਠੀਕ ਨਹੀਂ, ਕਿਉਂਕਿ ਸਰਕਾਰੀ ਅਫਸਰ ਆ, ਖੁਫੀਆ ਏਜੰਸੀਆਂ ਦਾ ਮੁਖੀ ਸੀ ਉਹ, ਅਤੇ ਕਈ ਗੱਲਾਂ ਉਹਦੇ 'ਚ ਬੰਦਾ ਨਾ ਕਰਕੇ ਵੀ ਕੁਛ ਨਾ ਕੁਛ ਠੀਕ ਲਿਖ ਦਿੰਦੀ ਹੈ, ਕਲਮ ਦੇ ਵਿੱਚ ਬੜੀ ਤਾਕਤ ਹੁੰਦੀ ਹੈ। ਅਤੇ ਉਹ ਜਸਵੀਰ ਸਿੰਘ ਨਾਲ ਆਪਣੇ ਸੰਬੰਧ ਕਰਕੇ ਐਮ ਕੇ ਧਰ 1988 ਤੋਂ ਉਹਦੇ ਨਾਲ ਜੁੜਿਆ ਹੋਇਆ ਸੀ, ਅਤੇ ਉਹ ਖੁਫੀਆ ਏਜੰਸੀ ਨੇ ਜਸਵੀਰ ਸਿੰਘ ਨੂੰ ਇਹ ਲਾਰਾ ਲਾਇਆ ਕਿ ਹਰਨਾਮ ਸਿੰਘ ਧੂਮੇ ਨੂੰ ਵਕਤੀ ਤੌਰ ਦੇ ਉੱਤੇ ਹੀ ਸਿਰਫ ਮਹਿਤਾ ਚੌਂਕ ਜਿਹੜਾ ਟਕਸਾਲ ਦਾ ਹੈੱਡਕੁਆਰਟਰ ਹੈ ਉੱਥੇ ਬਿਠਾਇਆ ਜਾ ਰਿਹਾ ਬਸ, ਅਤੇ ਇਹਦੇ ਨਾਲ ਮੋਹਕਮ ਸਿੰਘ ਦਾ ਨਾਂ ਪਿੱਛੇ ਪੈ ਜੂਗਾ। ਅਤੇ ਫਿਰ ਹਰਨਾਮ ਸਿੰਘ ਤੋਂ ਬਾਅਦ ਜਸਵੀਰ ਸਿੰਘ ਤੈਨੂੰ ਮੁਖੀ ਬਣਾ ਦਿੱਤਾ ਜਾਵੇਗਾ। ਅਤੇ ਇਸ ਕਰਕੇ ਜਸਵੀਰ ਸਿੰਘ ਨੇ ਟਕਸਾਲ 'ਤੇ ਆਪਣਾ ਹੱਕ ਜਿਤਾਉਣਾ ਬੰਦ ਕਰ ਦਿੱਤਾ, ਅਤੇ ਇਸ ਤਰ੍ਹਾਂ ਹਰਨਾਮ ਸਿੰਘ ਧੂਮਾ 2 ਜਨਵਰੀ 2005 ਦੇ ਦਿਨ ਟਕਸਾਲ ਦਾ ਮੁਖੀ ਬਣ ਗਿਆ। ਅਤੇ ਹਰਨਾਮ ਸਿੰਘ ਧੂਮਾ ਭਾਰਤ 'ਚ ਵੀਜ਼ੇ 'ਤੇ ਹੈ ਇਸ ਵੇਲੇ, ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ, ਅਤੇ ਖੁਫੀਆ ਏਜੰਸੀ ਜਦੋਂ ਚਾਹੇ ਉਸਦਾ ਵੀਜ਼ਾ ਕੈਂਸਲ ਕਰਕੇ ਉਸਨੂੰ ਵਾਪਸ ਅਮਰੀਕਾ ਭੇਜ ਸਕਦੀ ਹੈ, ਇਹ ਖੁਫੀਆ ਏਜੰਸੀ 'ਤੇ ਡਿਪੈਂਡ ਕਰਦਾ ਸਾਰਾ ਕੁਛ। ਅਤੇ ਹਰਨਾਮ ਸਿੰਘ ਧੂਮਾ ਇਸ ਕਦਰ ਹੁਣ ਏਜੰਸੀ ਨੇ ਆਪ ਹੀ ਕਰਵਾਇਆ ਦੇਖੋ ਸਾਰਾ ਕੁਛ, ਇਸ ਕਦਰ ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਗੱਲ ਹੀ ਇਸ ਤਰ੍ਹਾਂ ਦੀ ਹੋ ਗਈ ਕਿ ਹਰਨਾਮ ਸਿੰਘ ਧੂਮੇ ਦੀ ਜਿਹੜੀ ਛਵੀ ਹੈ ਜਾਂ ਇਮੇਜ ਹੈ ਉਹ ਸਾਡੇ ਪੰਜਾਬੀ ਡਾਇਸਪੋਰਾ ਜੋ ਸਾਡੇ ਸਿੰਘ ਰਹਿੰਦੇ ਨੇ ਵਿਦੇਸ਼ਾਂ ਦੇ ਵਿੱਚ, ਉਹਨਾਂ ਦੇ ਵਿੱਚ ਹੁਣ ਇਸ ਤਰੀਕੇ ਨਾਲ ਖਰਾਬ ਹੋ ਗਈ ਹੈ ਕਿ ਹੁਣ ਜੇ ਉਹਦਾ ਵੀਜ਼ਾ ਇੱਥੋਂ ਕੈਂਸਲ ਹੁੰਦਾ ਤਾਂ ਉਹ ਮਰਨਾ ਕਬੂਲ ਕਰੂਗਾ, ਪਰ ਅਮਰੀਕਾ ਜਾਂ ਹੋਰ ਕਿਸੇ ਕੰਟਰੀ 'ਚ ਜਾਣਾ ਕਬੂਲ ਨਹੀਂ ਕਰੂਗਾ, ਕਿਉਂਕਿ ਉੱਥੇ ਸਿੰਘ ਬੇਸਬਰੀ ਨਾਲ ਉਹਦੀ ਉਡੀਕ ਕਰ ਰਹੇ ਨੇ, ਇਹ ਗੱਲ ਤਾਂ ਸੱਚ ਹੈ। ਸੋ ਵੀਜ਼ੇ ਦੀ ਗੱਲ ਹੈ, ਕਿਸੇ ਵੀ ਸਮੇਂ ਉਸਦਾ ਵੀਜ਼ਾ ਕੈਂਸਲ ਹੋ ਸਕਦਾ, ਅਤੇ ਖੁਫੀਆ ਏਜੰਸੀ ਉਸਨੂੰ ਆਪਣੀ ਮਨਮਰਜ਼ੀ ਨਾਲ ਹੁਣ ਵਰਤ ਰਹੀ ਹੈ, ਕਿਉਂਕਿ ਵੀਜ਼ੇ ਦਾ ਉਹਦੇ 'ਤੇ ਦਬਾਅ ਕਿ ਵੀਜ਼ਾ ਕੈਂਸਲ ਨਾ ਹੋ ਜਾਵੇ, ਅਤੇ ਜੋ ਚਾਹੇ ਉਹ ਜਿਹੜੀ ਖੁਫੀਆ ਏਜੰਸੀ ਹੈ ਉਹਦੇ ਕੋਲੋਂ ਕਰਵਾਈ ਜਾ ਰਹੀ ਹੈ।